أما بعد فأعوذ بالله من الشيطان الرجيم بسم الله الرحمن الرحيم النبي أولى بالمؤمنين من أنفسهم وقال الله في مقام آخر ثم دنا فتدلى فكان قاب قوسين أو أدنى فأوحى إلى عبده ما أوحى صدق اللہ العظیم یا رب صلی وسلم دائماً ابدا علی حبیبک خیر الخلق کلہم تمامی حضرات محبت شوق ذوق نال ایک مرتبہ درود پڑھو حضور دی ذات جنہاں حضرات نے درود پڑھے ہے او حضرات تھوڑے تھوڑے قریب ہو جاؤ سامنے والے بھی آ جاؤ کوئی گل نہیں کیمرہ پیچھے رہندا تے رہ جائے تسی اگے آ جاؤ انتہائی مختصر وقت ظہر تا عصر ایک لمبا پروگرام صرف حاضری دی غرض نال ایک دو گزارشات کراں گا دعا ہے پروردگار عالم تو اللہ تعالی حق کہن دی توفیق مرحمت فرمائے آمین شہزادہ اہل سنت حضرت مولانا عبد المتین صفدر صاحب بڑے ہی خوبصورت انداز دے اندر محبت رسول تانو سمجھا کے گئے اللہ انہاں دی عمر وچ علم وچ برکت عطا فرمائے آمین اور تہاڈی آمین وچ بھی اللہ تھوڑی جی جان پائے آمین محبت ایک ایسی چیز ہے اسی اپنی گل تے نہیں کردے لیکن تاریخ اٹھا کے دیکھیے کہ محبت وچ کئیاں اپنیاں جاناں دتیاں نے کٹے بھی نے خون بھی بہایا ٹکڑے بھی کروائے سولی تے بھی آئے کولیاں تے گئے لٹائے لیکن اپنے مشن تو باز نہیں آئے بولو 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 ذرا تھوڑا اپنے مشن تو باز نہیں آئے یہی گل کہندے رہے جفا جو عشق میں ہوتی ہے وہ جفا ہی نہیں ستم نہ ہو محبت میں تو کچھ مزہ ہی نہیں شب معراج والی رات اللہ نے ایک رفیق دیتا ہے میرے مصطفیٰ نو ایک مقام دے جا کے ہاتھ جوڑے بھی اگے ہوں تسی جاؤ تسی جانو تے بلان والا جانے میں اگے نہیں جا سکتا اور ایک رفیق دیتا ہے ہجرت والی رات غار دے وچ بیٹھے نے تے پیراں دے وچ موت ہے قدماں وچ موت دا سبب ہے اور پورا دل آ رہا ہے کہ ابو بکر دی ہائے نکلے ابو بکر دی ہائے نکلے پھر میں جڑا محبت چ مارا خان انہاں دی ہائے نہیں نکلدی انہاں دی ہائے نہیں نکلدی زلیخا نے یوسف نو اپنی طرف مائل کیتا ہائی تلک میں کالا معاذ اللہ گل گزر گئی گل نکل گئی ایک گل ہوئے تے دوجی پی جائے بڑھیاں دے گل
ਤੇ ਇਹ ਤਮੰਨਾ ਤੇ ਆਰਜ਼ੂ ਹੋਵੇ, ਇਹ ਤਵੱਕੋ ਹੋਵੇ ਕਿ ਫੈਲੇ ਨਾ, ਇਹ ਹੋ ਨਹੀਂ ਸਕਦਾ। ਅੱਲਾ ਦੀ ਜੇ ਕਸਮਾਂ ਪਾਈ ਜਾਣਗੀ, ਤੈਨੂੰ ਰੱਬ ਦੀ ਕਸਮ ਲੱਗੇ ਅੱਗੇ ਕਿਸੇ ਨੂੰ ਨਾ ਦੱਸੀ, ਉਹ ਅੱਗੇ ਜਾ ਕੇ ਦੋ ਕਸਮਾਂ ਪਾ ਕੇ ਤੈਨੂੰ ਰੱਬ ਦੀ ਕਸਮ ਲੱਗੇ ਮੈਂ ਤੇਰੇ ਨਾਲ ਹੀ ਕਰਨੀ ਆ, ਅੱਗੇ ਨਾ ਦੱਸੀ। ਗੱਲ ਫੈਲ ਗਈ, ਜ਼ੁਲੈਖਾ ਨੂੰ ਪਤਾ ਚੱਲਿਆ ਕਿ ਹੁਣ ਕੀ ਕਰਾਂ। ਉਹਨਾਂ ਨੇ ਕਿਹਾ ਸਾਰੀਆਂ ਨੂੰ ਦਾਵਤ ਦੇ ਕੇ ਬੁਲਾਓ। ਬੁਲਾ ਲਈਆਂ, ਬਈ ਮੇਰੀ ਗੱਲ ਫੈਲਾਈ ਹੈ, ਮੇਰੀ ਬਦਨਾਮੀ ਕੀਤੀ ਹੈ, ਤੇ ਜੇ ਮੈਂ ਇਹਨਾਂ ਨੂੰ ਆਪ ਮਾਰਾਂ ਤੇ ਹਾਲਾਤ ਖਰਾਬ ਹੋਣ ਦਾ ਖਤਰਾ ਹੈ। ਤੁਹਾਨੂੰ ਕੀ ਪਤਾ ਹੈ ਮੈਂ ਕਿਹੜੀ ਗੱਲ ਕਹਿ ਰਿਹਾ ਤੇ ਤੁਸੀਂ ਇੰਜ ਸਿਰੇ ਲਾ ਰਹੇ ਹੋ। ਜੇ ਮੈਂ ਇਹਨਾਂ ਨੂੰ ਆਪ ਮਾਰਾਂ ਤੇ ਹਾਲਾਤ ਖਰਾਬ ਹੋ ਜਾਣਗੇ। ਕਿਉਂ ਨਾ ਇੰਜ ਹੋਵੇ, ਮੈਂ ਇਹਨਾਂ ਦੇ ਹੱਥਾਂ 'ਚ ਹਥਿਆਰ ਫੜਾ ਦਾਂ ਤੇ ਆਪ ਹੀ ਮਾਰਨ। ਉਦੋਂ ਹੱਥਾਂ ਤੋਂ ਕੰਮ ਸ਼ੁਰੂ ਹੋਇਆ ਸੀ, ਉੱਤੇ ਬਾਅਦ 'ਚ ਆਇਆ ਹੈ। ਇਹ ਆਪ ਹੀ ਮਾਰਨ, ਛੁਰੀਆਂ ਫੜਾਈਆਂ, ਫਲ ਫੜਾਏ, ਮੈਂ ਕੱਟੀ ਜਾਓ ਤੇ ਖਾਈ ਜਾਓ। ਤੇ ਯੂਸਫ ਨੂੰ ਕਿਹਾ ਕਿ ਇੱਕ ਵਾਰੀ ਇੱਥੋਂ ਲੰਘ ਕੇ ਆਈ ਜਾਓ। ਹਜ਼ਰਤ ਯੂਸਫ ਗੁਜ਼ਰੇ, ਕੁਰਾਨ ਕਹਿ ਰਿਹਾ ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਵਕਤ ਤਾ ਨਾ ਆਈ ਦੀ ਆ ਹੁਣ। ਯੂਸਫ ਦੀ ਮੁਹੱਬਤ ਵਿੱਚ ਆਪਣੇ ਹੱਥ ਕੱਢ ਲਏ ਪਰ ਹਾਏ ਨਹੀਂ ਨਿਕਲੀ, ਹਾਏ ਹਾਏ ਤੇ ਉਹਨਾਂ ਦੀ ਨਹੀਂ ਨਿਕਲੀ, ਤੇਰੀ ਪਤਾ ਨਹੀਂ ਕਿੱਥੋਂ ਨਿਕਲ ਆਉਂਦੀ ਹੈ, ਹਾਏ ਨਹੀਂ ਨਿਕਲੀ। ਔਰ ਜਿਹੜੀ ਮਰਜ਼ੀ ਤਫਸੀਰ ਉਠਾ ਕੇ ਵੇਖ ਲਓ, ਜੇ ਤੁਸੀਂ ਉਹਨਾਂ ਦੀ ਚੀਖ ਜਾਂ ਹਾਏ ਜਾਂ ਰੌਲਾ ਸਾਬਤ ਕਰ ਦਿਓ ਤੇ ਅਸੀਂ ਮੰਨ ਜਾਵਾਂਗੇ ਜੀ ਹਾਏ ਕਰਨੀ ਠੀਕ ਹੈ। ਮੁਹੱਬਤ ਵਿੱਚ ਹਾਏ ਨਹੀਂ ਨਿਕਲਦੀ। ਤਵੱਜੋ ਮੇਰੇ ਵੱਲ, ਹਜ਼ਰਤ ਅਬੂ ਬਕਰ ਸਿੱਦੀਕ ਬੈਠੇ ਨੇ, ਹਜ਼ੂਰ ਗੋਦ ਵਿੱਚ ਨੇ, ਤੇ ਕਿਸੇ ਨੇ ਆਖਿਆ ਅਬੂ ਬਕਰ ਇਹ ਜਿਹੜਾ ਪੈਰਾਂ ਦੇ ਡੰਗ ਮਾਰ ਰਿਹਾ ਇਹਦੇ ਨਾਲ ਜਿਹੜੀ ਮੌਤ ਹੋ ਸਕਦੀ ਹੈ, ਤੇ ਜੇ ਤੁਸੀਂ ਸੁਭਾਨ ਅੱਲਾਹ ਕਹੋ ਤੇ ਮੈਂ ਇੱਕ ਗੱਲ ਕਰਾਂ। ਅਸੀਂ ਕਹਿੰਦੇ ਹਾਂ ਜਾ ਕੇ ਆਖੀ ਹਵਾਏ ਨਹੀਂ ਜੇ ਤੇਰਾ ਗੁਜ਼ਰ ਹੋਵੇ, ਮੈਂ ਮਰ ਕੇ ਵੀ ਨਹੀਂ ਮਰਦਾ ਜੇ ਤੇਰੀ ਨਜ਼ਰ ਹੋਵੇ। ਕਦੀ ਸੁਣੀਏ, ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੇ ਤੇਰੀ ਨਜ਼ਰ ਹੋਵੇ ਤੇ ਮੈਂ ਮਰ ਕੇ ਵੀ ਨਹੀਂ ਮਰਦਾ। ਅਬੂ ਬਕਰ ਕਿਵੇਂ ਮਰ ਸਕਦਾ ਜਿਹਦੀ ਝੋਲੀ ਵਿੱਚ ਸਾਹਬੇ ਨਜ਼ਰ ਹੋਵੇ। ਫਰਮਾਇਆ ਬਈ ਮੇਰੇ ਪੈਰਾਂ ਵਿੱਚ ਮੌਤ ਹੈ, ਮੇਰੀ ਗੋਦ ਵਿੱਚ ਜ਼ਿੰਦਗੀ ਹੈ ਕਾਇਨਾਤ ਦੀ, ਤੇ ਤੂੰ ਜਿੰਨੇ ਮਰਜ਼ੀ ਡੰਗ ਮਾਰ ਕੇ ਵੇਖ ਲੈ, ਹਾਏ ਮੇਰੀ ਨਹੀਂ ਨਿਕਲਣੀ, ਰੌਲਾ ਮੈਂ ਨਹੀਂ ਪਾਉਣਾ। ਕਿਉਂ ਨਹੀਂ ਪਾਣਾ? ਜੋ ਆਸ਼ਿਕ ਸਾਦਿਕ ਹੋਤੇ ਹੈ ਵੋ ਕਬ ਫਰਿਆਦ ਕਰਤੇ ਹੈ, ਲਬੋ ਪੇ ਮਹਰ ਖਾਮੋਸ਼ੀ ਦਿਲੋਂ ਸੇ ਯਾਦ ਕਰਤੇ ਹੈ, ਮੇਰੀ ਹਾਏ ਨਹੀਂ ਨਿਕਲਣੀ। ਮੈਂ ਸੱਚੀ ਮੁਹੱਬਤ ਲੈ ਕੇ ਬੈਠਾ ਹੋਇਆ, ਬਾਕੀ ਰਹਿ ਗਈ ਇਹ ਗੱਲ ਕਿ ਆਂਸੂ ਕਿਉਂ ਨਿਕਲੇ। ਉਲਮਾ ਨੇ ਲਿਖਿਆ ਇਸ ਲਈ ਨਿਕਲੇ ਆਂਸੂ ਕਿ ਅਬੂ ਬਕਰ ਨੂੰ ਇਹ ਖਤਰਾ ਸੀ ਕਿ ਅੱਲਾ ਮੇਰੀ ਇੱਕ ਹੀ ਜਾਨ ਹੈ, ਉਹ ਨਿਕਲ ਗਈ ਤੇ ਇਹਨੂੰ ਬਾਅਦ ਚ ਕੌਣ ਸੰਭਾਲੇਗਾ। ਮੁਹੱਬਤ ਦੇ ਅੰਦਰ ਹਾਏ ਨਹੀਂ ਨਿਕਲਦੀ, ਅਗਰ ਨਿਕਲਦੀ ਹੈ ਤੇ ਵਾਹ ਨਿਕਲਦੀ ਹੈ। ਬੋਲੋ ਵਾਹ ਨਿਕਲਦੀ ਹੈ। ਮੇਰੇ ਮਹਬੂਬ ਅਲੈਹਿ ਸਲਾਤੁ ਵਸਲਾਮ ਮੱਕੇ ਦੇ ਅੰਦਰ ਖਦੀਜਾ ਦੁਲ ਕੁਬਰਾ ਰਜ਼ੀ ਅੱਲਾਹ ਅਨਹਾ ਵਫਾਤ ਪਾ ਗਈਆਂ, ਚਾਚਾ ਅਬੂ ਤਾਲਿਬ ਵਫਾਤ ਪਾ ਗਏ, ਹਜ਼ੂਰ ਪਰੇਸ਼ਾਨ ਰਹਿਣਾ ਸ਼ੁਰੂ ਹੋਏ ਤੇ ਅੱਲਾਹ ਨੇ ਫਰਮਾਇਆ ਜਬਰਾਈਲ ਜਾ ਮੇਰੇ ਨਬੀ ਨੂੰ ਲੈ ਕੇ ਆ ਕਿ ਜਦੋਂ ਜ਼ੁਲੈਖਾ ਦੀਆਂ ਬੁਲਾਈਆਂ ਹੋਈਆਂ ਔਰਤਾਂ ਯੂਸਫ ਨੂੰ ਵੇਖਣ ਤੇ ਸਭ ਕੁਝ ਭੁੱਲ ਜਾਂਦੀਆਂ ਨੇ, ਤੇ ਜਦੋਂ ਸਿੱਦੀਕ ਗਾਰ ਵਿੱਚ ਬਹਿ ਕੇ ਸੱਪ ਦੇ ਥੱਲੇ ਡੰਗ ਪੈਂਦੇ ਹੋਣ ਤੇ ਨਬੀ ਨੂੰ ਵੇਖੇ ਹਰ ਚੀਜ਼ ਭੁੱਲ ਜਾਂਦੀ ਹੈ। ਲਿਆਈ ਮੇਰੇ ਯਾਰ ਨੂੰ ਮੇਰੇ ਵੱਲ, ਅੱਖ ਮੇਰੇ ਨਬੀ ਦੀ ਹੋਵੇ, ਦੀਦਾਰ ਮੇਰਾ ਹੋਵੇ, ਇੰਜ ਕਰਕੇ ਦੀਦਾਰ ਕਰਾਵਾਂ। ਅੱਲਾ ਕਹਿ ਰਹੇ ਨੇ ਮੇਰਾ ਨਬੀ ਆਏ ਨਾ ਕੈਸਾ ਮੰਜ਼ਰ ਹੋਏਗਾ। ਇੱਕ ਨਬੀ ਕਹਿ ਰਹੇ ਨੇ ਐ ਮੇਰੇ ਪਰਵਰਦੀਗਾਰ ਮੈਂ ਤੇਰਾ ਦੀਦਾਰ ਕਰਨਾ ਚਾਹੁੰਦਾ ਵਾਂ। ਅੱਲਾ ਕਹਿੰਦੇ ਨੇ ਤੂੰ ਰਹਿ ਨਹੀਂ ਦੇ ਤੇ ਬਿਹਤਰ
जावे अल्लाह का दीदार। आमीना दिल आर तू इलावा कोई नहीं ये कर सकदा। अगर अबू बकर नबी नु वेखे ते गम भुल जांदे ने, उमर नबी नु वेखे ते गम भुल जांदे ने, उस्मान नबी नु वेखे ते गम भुल जांदे ने, अली अपने वीर नबी नु वेखे ते गम भुल जांदे ने। ओ सजना दिल नु जज बना के फैसला कर, जिहड़ा अरशा ते जाके अपने रब दा दीदार करके आवे तुसी भी आए हो तो साढ़े लिए की लिया हो। तो नहीं कह रहा मैं वह गल सुना रहा, तुसी जो तुसी सुभान अल्लाह नहीं लैके आए तो जे तुसी जामी साहब ना दी सुभान अल्लाह तो फिर समझो कि वह दुआई कराएंगे। तो जे तुसी सुभान अल्लाह कहो तो इंशाला फिर वेखियो किनिया शीशियां खोल देने। कहो उच्ची सुभान अल्लाह, होर उच्ची कहो अल्लाह मेरे नबी तेरे कोल आए ने, अल्लाह के ने की लेके आया, अल्लाह सारी कायनात तेरी है, ए जमीन भी तेरी है, आसमान भी तेरा है, अल्लाह सारे खजाने तेरे ने, अल्लाह सारी कायनात तेरी है, ऐ मेरे परवरदिगार मैं तेरे लिए की लेके आना, अल्लाह के ने यार नु मिलन वास्ते बुलाया है वास्ते है, मेरी नियाज भी तेरे, बोलो बोलो तेरे, मेरी नजर भी तेरे वास्ते, मेरी नियाज भी। यही तो वजह है कि जेड़े फिर मुस्तफा मनन वाले सन वो भी कहते साड़ी नजरों नियाज हजरत उमर को भेजे ना पैगाम, हजरत जी दरियाए नील कह रहे हैं कि मैनू नजर दो, दरियाए सलाना जड़ी तुसी मैनु लड़की देंदे हो ना सवार के खूबसूरत लड़की कुंवारी होंदी है इस साल भी नजर दो ते मैं फिर चलना है। उमर ने आखिया उन्हूं समझाया कोई नहीं, ए उमर दे मन्नण वाले नजर सिर्फ अल्लाह दी देंदे होंदे ने, असी नहीं नजर देंदे अगे पिछे, इन्नी नजर तुला का असी लत तेरे वास्ते। अच्छा हूँ इंज कर खत लै जा ते उन्नू कहीं नज़र नुज़र कोई नहीं लभनी, तो जे चलना है तो चल, तो नहीं तो फिर चल। कहो सुभान अल्लाह, नहीं तो फिर चल। इंज करके ला कह रहे ने ठीक है सोनिया, तेरा गिफ्ट बड़ा सोना, तेरा हदिया बड़ा सोना, तेरा तोहफा बड़ा सोना, हुण मेरे कोलो भी लैके जाना। अस्सलामु अलैका, अस्सलामु अलैका, अय्युहन नबीयो, मेरे नबी तेरे ते सलाम होवे, कैसा मेरा रहमत वाला नबी है, कैसा मेरे नबी प्यार वाला है, अय्युहन नबीयो व रहमतुल्लाह।
सलाम होवे, इना ते भी सलाम होवे। और आखिरी बात जो मैं कहना चाहता हूं, अच्छा अल्लाह फिर मैं हूं मेराज भी कर ली है, मैं तेन तोहफा दिता तो तू मैनू तोहफा दिता सलाम का, तो मैं अपने लिए नहीं लिया अपनी उम्मत लिए भी लिया, तो मौला मेराज मैनू कराई है तो मेरी उम्मत ही मेराज। फरमाया चुक 50 नमाजा तो लै जा। तुसी बड़े प्यारे, शुक्र है जी मूसा अलैहि सलातु वस्सलाम राज खलोते सी, नहीं तो सानू 50 पढ़ने पैनिया सी, ते पंज असी केड़िया पढ़ने। मस्जिद के सामने दरवाज़ा होवे, अजान होवे, दरवाज़ा खोल के अल्लाह के घर नहीं आता तो 50 किवें पढ़नी असी। उहदे बला होए मूसा दा जी, मूसा ने 9 फेरे हजूर नूं मोड़िया, आका काम कराते गए तो आखिरी फेरे भी क्या सी कि दोबारा चलने, नहीं मैनूं शर्म आती है अल्लाह कितने वापस ना लै लए। तो जे कल क्यामत वाले दिन हजरत मूसा ने पूछ लिया, सोने मैं क्या नहीं सी कि इन्होंने नहीं पढ़नी, तो मेरा नबी की जवाब देगा, पढ़नी चाहिए कि नहीं पढ़नी चाहिए, बोलो बोलो उच्ची कहो। आका लैके आए 5 नमाजा, सब तो पहले काफर आया है, तो कहंदा मुहम्मद को है नवी ताजी गल जी, बड़ी प्यारी गल है दसो, रातों रात सारा सुनाया, तो कहंदा तौबा तौबा तौबा, इंज भला हो सकता है, हुण अपनी गल ते पक्का रही। फिर मैं जा, मैं तो शुरू तो पक्का जो कच्चा होया तू ही हुन्ना, कहंदा सी अज आंधी वाली रात मेरे दरवाजे ते जिहड़ा आया मैं खाली वापस नहीं भेजना, तो जो मैं वेखिया कि मुहम्मद खड़ा तो फिर मुकर गया, गल फिर मेरी नहीं मनी, जा ठीक है गया अबू बकर वाल, तो कहंदा अबू बकर एक बंदा यो जी गल पिया कर दे, कहंदा रातों रात इन्नी सैर की दस कौन पिया कर दे, ते कहंदा ओ जिहड़ा तेरा यार है बड़ा पक्का काफर, अबू जाल तो वड्डा काफर है कोई सुमच है, सब तो वड्डा काफर, ओनू भी पता है कि अबू बकर नबी दा यार है, जो तो वड्डा काफर वड्डिया तो वड्डा काफर अबू बकर नू नबी दा यार मनदा है, ते तन्नू ते असी ओडा वड्डा काफर नहीं कहंदे, तू आप वड्डा बनी जाए ते तेरी मर्जी है ना, ओ जिहड़ा तेरा यार है ओ कहंदा है मैं गया, ते अबू बकर ने आखिया जे ओ कहंदा है ते सच कहंदा है। हुण आखिरी गल कह रहा, आखिरी जुमला कह रहा, कहंदा अबू बकर यार कदी सोच भी लिया करो, जिवें तुसी हुण सोची पए हो कि अगला बंदा किहड़ा आना है बैठे, सोच भी लिया करो। अबू बकर ने कहा, एवं नहीं किसी ने कहा सोची पिया तो बंदा गया, एवं नहीं किसी ने कहा, अबू बकर ने कहा भाई माला गल सुन, जिन्ना सोचे उन्हें मनिया कोई नहीं, जिन्ना मने उन्हें सोचा कोई नहीं, बेटे कुर्बान किते सोचा कोई नहीं, बीवियां बेवा करवा लिया सोचा कोई नहीं, अपने खानदान लुटवा ले सोचा कोई, अपना माल लुटा दिता सोचा कोई नहीं, अपना घर बार लुटा दिता सोचा कोई नहीं, अपनी चांदी ते सोना लुटा दिता सोचा कोई नहीं, अपने घर छोड़ के मदीना छोड़ के किसी ने पेशावर डेरा ला लिया, किसी ने क्वेटा दे अंदर डेरा ला लिया, पूरी दुनिया ते पै लगे सोचा कोई नहीं। सजना नबी दी नमोस दी गल आवे, नबी दे सहाबा दी नमोस दी गल आवे, जिन्हां सोचे उन्हां दिफा कीता नहीं, जिन्हां दिफा कीता उन्हां सोचिया नहीं। जिंदगी बाकी, मुलाकात बाकी, व आखिर दावाना अलहम्दुलिल्लाह।